देखो एक तो जिस तरह थानू पता कि 27 तरीक न जो महला क्लिनिक की गिनती है वो 500 तो वध हो जाएगी। जिहड़े पहले असी 100 बनाए सी उहदे विच 1 मिलियन 10 लाख तो वध जिहड़े लोग आ उहदा बैनीफिट ले चुके आ और टैसटिंग भी हो रही है, बहुत अच्छा चल रहा साडा इह। हुण इह 500 तो वध हो जाणगे। श्री अरविंद केजरीवाल और भगवंत मान जी उस दिन अमृतसर विखे, मैं हुण सीधा अमृतसर जा रहा जी, मैं सारा इह रिव्यू कर रहा सारे डिस्ट्रिक्ट दे विच जा के, उत्थों लोगों को करेंगे जी 500 तो वध जिहड़ी गिणती उहनां दी हो जाएगी, समर्पित हो जाणगे। फिर इह जिहड़ी बेनीफिशरी की गिणती है इह करोड़ां रुपए च हो जाएगी, करोड़ां दी विच हो जाएगी। और जिहड़े इस तो बाद जो अगे हैगा असी एक होलिस्टिक हैल्थ केयर का जो मॉडल है वो लैके आवेंगे। हुण तक जो सिर्फ एक दवाइया देन तक का कॉन्सैप्ट सीगा, बट वो जिस तरह प्रिवेंशन ऑफ डिजीज एंड प्रमोशन ऑफ हैल्थ भी आऊगा, जिते साडे कोल जगह होएगी महला क्लिनिक विच जां एक स्टैंड अलोन जिहड़ी उहदे च असी लोगों को एक अल्टरनेट थरैपी कह लो कि जिहड़ा बंदा आएगा उहनूं बॉर्डरलाइन हाइपरटेंशन है, डायबिटीज़ है, ਉਹਦੇ ਵਿੱਚ ਅਸੀਂ ਜਿਵੇਂ ਮਤਲਬ ਬਾਹਰ ਜਿਵੇਂ ਉਹਦੇ ਲੋਕਾਂ ਦੇ ਵਾਸਤੇ ਸੈਰ ਕਰਨ ਵਾਸਤੇ ਵਾਕਿੰਗ ਟਰੈਕ ਹੋਏਗਾ, ਯੋਗਾ ਦਾ ਸੈਂਟਰ ਹੋਏਗਾ, ਮੈਡੀਟੇਸ਼ਨ ਸੈਂਟਰ ਹੋਏਗਾ, ਜਿੱਥੇ ਕਿਤੇ ਜਗ੍ਹਾ ਹੋਏਗੀ ਉੱਥੇ ਉਹਨਾਂ ਦੇ ਮਤਲਬ ਵਾਲੀਬਾਲ ਜਾਂ ਬੈਡਮਿੰਟਨ ਖੇਡਣ ਵਾਸਤੇ ਸਹੂਲਤ ਹੋਏਗੀ। ਔਰ ਲੋਕਾਂ ਨੂੰ ਮਤਲਬ ਇਨਕਰੇਜ ਕੀਤਾ ਜਾਏਗਾ, ਓਪਨ ਏਅਰ ਜਿਮ ਹੋਏਗਾ ਕਿ ਤੁਸੀਂ ਐਕਸਰਸਾਈਜ਼ ਕਰੋ ਔਰ ਆਪਣੀ ਡਾਇਟ ਠੀਕ ਕਰੋ ਤਾਂ ਕਿ ਤੁਸੀਂ ਦਵਾਈ ਤੋਂ ਬਗੈਰ ਜਿਹੜੀ ਹਾਈਪਰਟੈਂਸ਼ਨ ਡਾਇਬਿਟੀਜ਼ ਹੈ ਇਹ ਦੋ ਮੇਜਰ ਕਿਲਰ ਹੈ ਸਾਡੀਆਂ ਲਾਈਫ ਸਟਾਈਲ ਡਿਜ਼ੀਜ਼। ਔਰ ਜਿੰਨੇ ਤੁਸੀਂ ਦੇਖ ਰਹੇ ਹੋ ਡਾਇਲਸਿਸ ਦੀਆਂ ਮਸ਼ੀਨਾਂ ਲੱਗ ਰਹੀਆਂ ਜਗ੍ਹਾ ਜਗ੍ਹਾ 'ਤੇ, ਤੋ ਜਿਹੜਾ ਕਿਡਨੀ ਫੇਲਿਓਰ ਦਾ ਮੁੱਖ ਕਾਰਨ ਵੀ ਇਹ ਹੈ। ਇਸ ਤਰ੍ਹਾਂ ਜਿਹੜੀਆਂ ਅਲੱਗ ਅਲੱਗ ਬਿਮਾਰੀਆਂ ਹੈਗੀਆਂ ਉਹਨਾਂ ਸਾਰਿਆਂ ਬਾਰੇ ਅਸੀਂ ਜਿਹੜਾ ਹੈਗਾ ਉਹ ਇੱਕ ਅਲਟਰਨੇਟ ਥਰੈਪੀ ਦਾ ਵੀ ਬੰਦੋਬਸਤ ਕਰਾਂਗੇ ਔਰ ਹੈਲਦੀ ਲਾਈਫ ਸਟਾਈਲ ਦਾ ਜਿਹੜਾ ਹੈਗਾ, ਹੈਲਦੀ ਡਾਇਟ ਔਰ ਹੈਲਦੀ ਲਾਈਫ ਸਟਾਈਲ, ਇਹ ਦੋ ਚੀਜ਼ਾਂ ਇੰਟਰੋਡਿਊਸ ਕਰਾਂਗੇ। ਤੁਹਾਡਾ ਬੜਾ ਅੱਛਾ ਸਵਾਲ ਹੈ ਜੀ। ਪਹਿਲੀ ਗੱਲ ਇਹ ਵੀ ਡਾਕਟਰਾਂ ਦੀ ਬਹੁਤ ਘਾਟ ਹੈ, ਡਾਕਟਰਾਂ ਦੀ ਘਾਟ ਪਿੱਛੋਂ ਚੱਲੀ ਆਉਂਦੀ ਹੈ ਜੀ। ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਦੇ ਕੰਡੇ ਬੀਜੇ ਹੋਏ ਆ। ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਅਸੀਂ 3 ਦਿਨ ਪਹਿਲਾਂ ਹੀ ਜਿਹੜੇ 271 ਜਿਹੜੇ ਨਵੇਂ ਸਪੈਸ਼ਲਿਸਟ ਡਾਕਟਰ ਸਾਡੇ ਕੋਲ ਜੁਆਇਨ ਕਰ ਗਏ ਆ ਔਰ ਨਾਰਦਰਨ ਇੰਡੀਆ ਵਿੱਚ ਜਿਹੜਾ ਸਪੈਸ਼ਲਿਸਟ ਕੇਅਰ ਸਰਵਿਸਿਜ਼ ਦੇ ਵਿੱਚ ਨੰਬਰ ਆਫ ਡਾਕਟਰਸ ਹੈਗਾ ਉਹ ਅਸੀਂ ਨਾਰਦਰਨ ਇੰਡੀਆ 'ਚ ਪਹਿਲੇ ਨੰਬਰ 'ਤੇ ਆ ਗਏ।